ਹੋਇਆ ਇਹ ਇੱਕ ਹੋ ਕੇ ਉੱਗਿਆ ਉੱਗ ਕੇ ਫਲ ਗਿਆਨ ਦਾ ਲੱਗਿਆ ਉਹ ਫਲ ਅਸੀਂ ਲੋਕਾਂ ਨੂੰ ਦਿੱਤਾ ਜਿਵੇਂ ਦਰਖਤ ਹੈ ਪੈਦਾ ਹੁੰਦਾ ਫਲ ਲੱਗਦਾ ਦਰਖਤ ਨੀ ਫਲ ਖਾਂਦਾ ਹੁੰਦਾ ਆਪਣਾ ਖਾ ਫਲ ਦਰਖਤ ਆਪ ਨੀ ਖਾਂਦਾ ਇਸ ਕਰਕੇ ਜੋ ਫਲ ਲੱਗਣਾ ਹੈ ਭਗਤਾਂ ਨੂੰ ਲੱਗਿਆ ਗੁਰਮੁਖਾਂ ਨੂੰ ਲੱਗਿਆ ਉਹਨਾਂ ਨੇ ਆਪ ਨੀ ਖਾਂਦਾ ਉਹ ਫਲ ਵੱਡੀ ਦਾ ਹੁੰਦਾ ਉਹੀ ਤਾਂ ਦਿਆ ਉਹਦਾ ਉਹਨਾਂ ਦਾ ਪੈਦਾ ਹੋਇਆ ਜੋ ਤਾਂ ਫਲ ਉਹਨੇ ਕੀ ਖਾਣਾ ਉਹ ਦਿਆਂਗੇ ਦੌੜੀ ਆਪਣਾ ਫਲ ਖਾਂਦਾ ਹੁੰਦਾ ਜੋ ਪਾਇਆ ਫਲ ਉਹ ਦੇਣ ਵਾਸਤੇ ਹੁੰਦਾ ਵੇਚਣ ਵਾਸਤੇ ਹੀ ਹੁੰਦਾ ਜੇ ਵੇਚੋਗੇ ਫਿਰ ਦਿਆ ਹੈ ਨੀ ਦਿਆ ਕਿੱਥੇ ਇਸ ਕਰਕੇ ਅਮੁੱਲ ਬਣੋ ਅਮੁੱਲ ਵਪਾਰ ਕਿਹਾ ਹੈ ਆਇਆ ਕਿੱਥੋਂ ਆਇਆ ਪਰਮੇਸ਼ਰ ਨੇ ਦਿੱਤਾ ਫਲ ਤਾਂ ਉਹਦੇ ਸਿਸਟਮ ਨਾਲੇ ਸਰੀਰ ਮਿਲਿਆ ਉਹਨੇ ਸਾਰਾ ਰਚਨਾ ਰਚੀ ਹੈ ਉਹਨੇ ਸਭ ਕੁਛ ਕੀਤਾ ਹੋਇਆ ਪਹਿਲਾਂ ਤਾਂ ਤੁਹਾਨੂੰ ਸਾਹ ਨਾ ਆਵੇ ਸਾਨੂੰ ਦਿਆਵਾ ਨਾ ਹੋਵੇ ਹਵਾ ਕਿਹਦੀ ਬਣਾਈ ਹੋਈ ਹੈ ਉਹਦੀ ਪਾਣੀ ਕਿਹਦਾ ਬਣਾਇਆ ਉਹਦਾ ਕਿਉਂ ਇਹਦਾ ਅਸੀਂ ਕੀ ਮੁੱਲ ਤਾਰਿਆ ਪਾਣੀ ਦਾ ਇਹ ਫਲ ਪੈਦਾ ਕਰਨ ਦਾ ਸਾਨੂੰ ਫਲ ਲੱਗਣ ਦਾ ਜਿਹੜਾ ਹੈਗਾ ਪਾਇਆ ਫਲ ਇਹਦਾ ਕ੍ਰੈਡਿਟ ਸਾਨੂੰ ਮਿਲਣਾ ਪਰ ਜਿਹੜਾ ਪਾਇਆ ਫਲ ਲੋਕਾਂ ਨੇ ਖਾਣਾ ਉਹ ਕੰਮ ਹੈ ਪਰਮੇਸ਼ਰ ਦਾ ਜਨਮ ਤੁਮਾਰੇ ਲਿਖੇ ਉਹ ਫਲ ਦਰਖਤ ਪੈਦਾ ਕਰਦੇ ਨੇ ਪਰਮੇਸ਼ਰ ਦੇ ਪੈਦਾ ਕੀਤੇ ਜੀਵ ਉਹ ਖਾਂਦੇ ਨੇ ਉਹਦਾ ਮੁੱਲ ਧਾਰਦਾ ਜੋ ਹੁਣ ਥਈ ਅੱਜ ਥਈ ਜੋ ਉਹਨੂੰ ਦਿੱਤਾ ਪਰਮੇਸ਼ਰ ਨੇ ਉਹ ਤਾਂ ਅਹਿਸਾਨ ਕੀਤਾ ਇਹਦੀਆਂ ਜੂਨਾਂ ਚ ਲੈ ਕੇ ਆਇਆ ਉਹਦਾ ਮੁੱਲ ਧਾਰਿਆ ਉਹਨੇ ਫਲ ਦੇ ਕੇ ਪੈਦਾ ਕਰਕੇ ਉਹਦਾ ਮੁੱਲ ਦਿੱਤਾ ਉਹਨੇ ਆਪਣਾ ਕਰਜ਼ਾ ਲਾਇਆ ਕਹਿ ਲਓ ਪਰਮੇਸ਼ਰ ਦੇ ਪ੍ਰਥਾਏ ਕੰਮ ਕਰਕੇ ਉਹ ਕਰਜ਼ਾ ਮੋੜਿਆ ਬਸ ਤੁਸੀਂ ਤਾਂ ਖਾਧਾ ਹੀ ਖਾਧਾ ਹੁਣ ਤੱਕ ਦਿੱਤਾ ਨਾ ਕੋਈ ਹੈ ਨੀ ਫਲ ਪਾਏ ਦੀ ਗੱਲ ਕਰ ਰਹੇ ਕੀ ਫਲ ਪਾਇਆ ਫਲ ਦਾ ਗਿਆਨ ਨਾ ਲੱਗਣਾ ਤਾਂ ਕੋਈ ਫਰਕ ਪੈ ਨੀ ਹਾਂਜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਜਨਮ ਦਾ ਫਲ ਹੈ ਅਸਲ ਚ ਆ ਜਨਮ ਲੈ ਕੇ ਫਲ ਨੀ ਪਾਇਆ ਜਨਮ ਜਿਹੜਾ ਸਾਨੂੰ ਪਦਾਰਥ ਮਿਲਣਾ ਉਹ ਫਲ ਹੈ ਉਹ ਸਾਨੂੰ ਫਲ ਲੱਗਣਾ ਜਨਮ ਪਦਾਰਥ ਨੂੰ ਸੰਸਾਰੀ ਜਨਮ ਬਿਨਾਂ ਜਨਮ ਨੀ ਮਿਲਣਾ ਦੋ ਹੱਥ ਆ ਗਏ ਆਉਣਾ ਸੱਚ ਅਸਲ ਦੇ ਵਿੱਚ ਜਨਮ ਜ਼ਿਆਦਾ ਉੱਗਣਾ ਅੰਦਰ ਇੱਕੋ ਤਾਂ ਉੱਗਵੇ ਤਾਂ ਹੀ ਫਲ ਲੱਗਣਾ ਪਰ ਆਹ ਜਨਮ ਨਾ ਹੋਇਆ ਤਾਂ ਉਹ ਜਨਮ ਕਿਵੇਂ ਮਿਲਜੂ ਜਨਮ ਕਰਕੇ ਹੀ ਉਹ ਜਨਮ ਮਿਲਿਆ ਉਸ ਜਨਮ ਨੂੰ ਫਲ ਲੱਗਿਆ ਐ ਜਨਮ ਨੂੰ ਜਿਹੜੇ ਸਰੀਰ ਦੇ ਜਨਮ ਨੂੰ ਫਲ ਲੱਗੇ ਨੇ ਉਹ ਤਾਂ ਉਹਦੀ ਗੱਲ ਨੀ ਹੈ ਜਿਹੜੀ ਉਹਦੀ ਕੋਈ ਗੱਲ ਨੀ ਹੈ ਉਹਦੀ ਗੱਲ ਨੀ ਹੈ ਹਾਂਜੀ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨਾਲ ਇਹ ਮਨ ਲਾਇਆ ਜਿਹੜਾ ਭਵਨਿੰਦ ਨੂੰ ਤਰਨ ਤਾਰਨ ਵਾਲਾ ਭਵ ਸਾਗਰ ਨੂੰ ਤਰਨ ਤਾਰਨ ਵਾਲਾ ਹੈ ਚਿੰਤਾ ਮਨ ਚਿੰਤਾ ਨੂੰ ਨਾਸ ਕਰਨ ਵਾਲਾ ਹੈ ਚਿੰਤਾ ਨਾਸਕ ਗਿਆਨ ਉਹਦੇ ਨਾਲ ਤਾਂ ਇੱਕ ਸਕਿਲਟ ਵੀ ਮਨ ਦੀ ਜੋੜਿਆ ਜਿਹੜਾ ਗਿਆਨ ਤੈਨੂੰ ਭਵ ਸਾਗਰ ਦੀ ਚਿੰਤਾ ਬਿਠਾਉਣ ਵਾਲਾ ਹੈ ਅੰਤਰਾਤਮਾ ਦੀ ਆਵਾਜ਼ ਕਰ ਉਹਦੇ ਨਾਲ ਤਾਂ ਇੱਕ ਮਿੰਟ ਵੀ ਨੀ ਜੁੜਿਆ ਕਰ ਰੱਖਿਆ ਉਹਦੇ ਨਾਲ ਤਾਂ ਮਨ ਲਾਇਆ ਜੀ ਤੇ ਫਿਰ ਫਲ ਕਿੱਥੋਂ ਪ੍ਰਾਪਤ ਹੋ ਜਾਂਦਾ ਭਾਈ ਫਲ ਤਾਂ ਇੱਕ ਹੋਏ ਤੇ ਬਾਅਦ ਹੋਵੇ ਤਾਂ ਇੱਕ ਹੋਏ ਤਾਂ ਉੱਗਵੇ ਇੱਕ ਤਾਂ ਹੋਇਆ ਹੀ ਨੀ ਦਾਲ ਦਾ ਦਾਲ ਰਹਿ ਗਿਆ ਦਾਲ ਜਾਂ ਜੰਮੂ ਨੀ ਫਲ ਕਿੱਥੇ ਲੱਗੂ ਜਿਹੜੇ ਜੇ ਦਾਲ ਹੈ ਇੱਕੇ ਨੀ ਹੋਇਆ ਇੱਕ ਉੱਗਣ ਦਾ ਸਵਾਲ ਨੀ ਉੱਗਿਆ ਨੀ ਤੇ ਫਲ ਕਿੱਥੇ ਲੱਗੂ ਤੂੰ ਤਾਂ ਆਪਣੇ ਆਪ ਨਾਲ ਜੁੜਿਆ ਹੀ ਨੀ ਫਲ ਕਿੱਥੇ ਲੱਗਣਾ ਸੀ ਗੋਬਿੰਦ ਹਮ ਐਸੇ ਅਪਰਾਧੀ ਜਿਹਨੇ ਪ੍ਰਭ ਜਿਉ ਪਿੰਡ ਥਾ ਦੀਆ ਤਿਸਕੀ ਭੋ ਭਗਤੀ ਨਹੀਂ ਸਾਧੀ ਫਿਰ ਗੋਬਿੰਦ ਅਸੀਂ ਤਾਂ ਇਹੋ ਜਿਹੇ ਅਪਰਾਧੀ ਹੋ ਸਾਰੇ ਜਿਨ੍ਹਾਂ ਨੇ ਜਨਮ ਲਿਆ ਮਨੁੱਖਾ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥੇ ਜਿਉ ਪਿੰਡ ਥਾ ਦੀਆ ਜਿਉ ਪਿੰਡ ਥਾ ਦੀਆ ਤਿਸਕੀ ਭੋ ਭਗਤੀ ਨਹੀਂ ਸਾਧੀ ਜਿਹਨੇ ਆ ਜਿਉ ਆਰ ਪਿੰਡ ਦਿੱਤਾ ਸੀ ਕਿਹਨੂੰ ਦਿੱਤਾ ਸੀ ਜਿਉ ਪਿੰਡ
ਅੰਦਰ ਲੈ ਨੂੰ ਜਿਹੜਾ ਬੋਲ ਲਿਆ ਉਹਨੂੰ ਦਿੱਤਾ ਸੀ, ਜੀਓ ਬਾਹਰ ਕੱਢਣ ਦੀ ਸਮਰੱਥਾ ਵੀ ਉਹਨੇ ਦਿੱਤੀ ਸੀ, ਜੀਓ ਤਾਂ ਬਿਨਾਂ ਪਿੰਡ ਦੀ ਮਿਲਣਾ, ਪਿੰਡ ਤਾਂ ਬਿਨਾਂ ਉਹਦਾ ਗਹਿਣ ਨਹੀਂ ਛੱਡਣ। ਜੇ ਜੀਓ ਨੂੰ ਆਪਣੇ ਨੂੰ ਅੱਡ ਨਹੀਂ ਕਰ ਸਕਦਾ, ਹੁਕਮ ਬਿਨਾਂ ਅੱਡ ਨਹੀਂ ਕਰ ਸਕਦਾ, ਉਹ ਜੰਮਣਾ ਹੁਕਮ ਹੈ ਜਿਹੜਾ ਉਹਦੇ ਜੀਓ ਵਾਲਾ ਬੋਲਦਾ ਹੈ, ਉਹ ਜਨਮ ਹੈ ਉਹਦਾ, ਜੀਓ ਉਹਦੇ ਨਾਲ ਅਲੱਗ ਹੋ ਕੇ ਮਾਇਆ ਨਾਲ ਜੁੜਦਾ ਨਾ, ਉਹ ਜਨਮ ਉਹਨੂੰ ਮਿਲਿਆ, ਜਨਮ ਨਾਲ ਜੀਓ ਅੱਡ ਹੋ ਗਿਆ। ਉਹਦਾ ਬਲ ਉਹਦਾ ਵੱਖਰਾ ਹੋ ਕੇ ਜਿਹੜਾ ਮਾਇਆ ਨਾਲ ਜੁੜਿਆ ਹੈ, ਇਹ ਹੁਕਮ ਨਾਲ ਜੁੜਿਆ ਹੈ, ਹੁਕਮ ਦੇ ਹੁਕਮ ਤੋਂ ਹੀ ਉਹਨੂੰ ਇੱਕ ਗਿਫਟ ਮਿਲੀ ਹੈ ਇੰਨੇ ਚਿਰ ਵਾਸਤੇ, ਇੰਨੇ ਚਿਰ ਵਾਸਤੇ ਹੈ ਜੀਓ, ਵੱਖਰਾ ਹੋ ਕੇ ਸਰੀਰ ਨਾਲ ਜੁੜ ਕੇ ਜਨਮ ਲੈ ਕੇ ਇਹ ਕੁਛ ਗੇਨ ਕਰ ਸਕਦਾ ਹੈ, ਕਰ ਲੈ ਗੇਨ ਕਰਨ ਵਾਸਤੇ, ਕਮਾਈ ਕਰਨ ਵਾਸਤੇ ਦਿੱਤਾ ਤਾਂ ਗਿਫਟ ਮਿਲੀ ਹੋਈ ਹੈ ਇਹਨੂੰ। ਉਸ ਪ੍ਰਭ ਨੇ ਜੀਓ ਪਿੰਡ ਪਿੰਡ ਹੋ ਗਿਆ ਸਰੀਰ, ਦੇਖੋ ਜੀਓ ਅਲੱਗ ਆ ਪਿੰਡ ਅਲੱਗ ਆ, ਜੀਓ ਵੀ ਉਹਨਾਂ ਦਿੱਤਾ, ਜੀਓ ਐਂ ਦਿੱਤਾ ਹੁਕਮ ਤੋਂ ਬਿਨਾਂ ਜੀਓ ਤੋਂ ਅੱਡ ਨਹੀਂ ਹੋ ਸਕਦਾ, ਜਾਂ ਹੁਕਮ ਆਊਗਾ ਸਰੀਰ ਛੱਡਣਾ ਜਾਂਦਾ ਜੀਓ ਦੇ ਵਿੱਚ ਜਾਂਦਾ ਉਹਨਾਂ ਦੇ, ਜਿੰਨਾ ਚਿਰ ਸਰੀਰ ਆ ਉਹਨਾਂ ਚਿਰ ਜੀਓ ਵੱਖਰਾ, ਬਾਕੀ ਰਹਿ ਨਹੀਂ ਸਕਦਾ ਵੱਖਰਾ। ਇਹ ਕਿਹਦਾ? ਇਹ ਪਾਣੀ ਨਾਲ ਹੈ, ਇਹ ਪਾਣੀ ਤੇ ਪ੍ਰਭ ਨੇ ਜੀਵਾ ਪਿੰਡ ਤੇਰੇ ਦਿੱਤੇ ਸੀ, ਦੋ ਇਕੱਠੇ ਜੋੜੇ ਸੀ ਤਾਂ ਹੀ ਦਿੱਤਾ ਸੀ, ਉਹਦੀ ਭਾਵ ਭਗਤ ਸਾਡੀ, ਉਹਦੀ ਭਾਵ ਭਗਤੀ ਨੀ ਸਮਝੀ, ਪ੍ਰੇਮਾ ਭਗਤੀ ਭਾਵ ਭਗਤੀ ਕਹਿੰਦੇ, ਪ੍ਰੇਮੋ ਭਗਤੀ, ਉਹਨੇ ਕਿਹਾ ਸਾਰਿਆਂ ਨੂੰ ਪ੍ਰੇਮ ਕਰਨਾ ਸਿੱਖ, ਇਹ ਸੰਸਾਰ ਦੇ ਲੋਕਾਂ ਨਾਲ ਪ੍ਰੇਮ ਕਰਨਾ ਸਿੱਖ, ਚਾਹੇ ਬੁਰੇ ਨੇ ਚਾਹੇ ਭਲੇ ਨੇ, ਤੈਂ ਕੀ ਲੈਣ, ਤੈਂ ਸਾਰਿਆਂ ਨਾਲ ਪ੍ਰੇਮ ਕਰਨਾ, ਜੇ ਬੁਰਿਆਂ ਭਲਿਆਂ ਨਾਲ ਪ੍ਰੇਮ ਕਰ ਲਿਆ ਤੈਂ ਕਾਮਯਾਬ ਹੋ ਗਿਆ, ਤੈਨੂੰ ਸੱਚਖੰਡ ਦਾ ਵਾਸਾ ਹੋ ਜੂ, ਤਾਂ ਤੂੰ ਇੱਥੇ ਰਹਿ ਸਕਦਾ, ਬੁਰਾ ਆਪਣੇ ਜਗ੍ਹਾ ਬੁਰਾ ਹੋਊ ਤੈਂ ਬੁਰੇ ਤੇ ਕੀ ਲੈਣਾ, ਜਿਹੜਾ ਨਫ਼ਰਤ ਕਰਦਾ ਕਰੇ, ਵੈਰ ਕਰਦਾ ਕਰੇ, ਤੂੰ ਵੈਰ ਨਹੀਂ ਕਰ ਸਕਦਾ, ਤੂੰ ਨਿਰਵਾਲਾ ਰਹਿਣਾ, ਨਿਰਵਾਲੇ ਨਾਲ ਵੈਰ ਅਰਚਾਇਣ ਦੇ ਤਾਂ ਹੀ ਲਿਖੇ ਨਾ, ਗੁਰਮੁਖ ਦੇ ਨਿਰਵਾਲਾ ਰਹਿਣਾ, ਕੋਈ ਪੈਰ ਕਰਦਾ ਪਿਆ ਕਰੀ ਜਾਵੇ, ਭਾਈ ਅਸੀਂ ਤਾਂ ਜਾਣਾ ਸੱਚਖੰਡ, ਉਹਨੇ ਕਦੇ ਸੱਚਖੰਡ ਜਾਣਾ, ਅਸੀਂ ਆਪਣੇ ਵਾਸਤੇ ਰਹਿਣਾ ਨਿਰਵਾਲ, ਉਹਦੇ ਵਾਸਤੇ ਨਹੀਂ ਰਹਿਣਾ, ਐਕਸ਼ਨ ਆ ਰਿਐਕਸ਼ਨ ਆ ਇੱਕੋ ਲੈਣ, ਆਪੋਜ਼ਿਟ ਮਾਇਆਦਾਰੀਆਂ ਵਾਸਤੇ ਫਾਰੂਲਾ, ਗੁਨਾਹਗਾਰੀਆਂ ਵਾਸਤੇ ਨਹੀਂ ਹੈ, ਮਾਇਆ ਦੇ ਵਿੱਚ ਵਿੱਚ ਸੱਚ ਹੈ, ਮਾਇਆ ਤੋਂ ਪਰੇ ਸੱਚ ਨਹੀਂ ਹੈ, ਮਾਇਆ ਤੋਂ ਪਰੇ ਨਹੀਂ ਜਾਣ ਦਿੰਦਾ, ਮਾਇਆ ਤੇ ਲਾਗੂ ਨਹੀਂ ਆਈ ਕੀ ਗੱਲ, ਐਕਸ਼ਨ ਐਂਡ ਰਿਐਕਸ਼ਨ ਮਾਇਆ ਦੇ ਵਿੱਚ ਲਾਗੂ ਹੈ, ਮਾਇਆ ਤੋਂ ਪਰੇ ਲਾਗੂ ਹੀ ਨਹੀਂ ਹੈ ਗੱਲ, ਐਕਸ਼ਨ ਦਾ ਰਿਐਕਸ਼ਨ ਅਸੀਂ ਨਹੀਂ ਕਰਨਾ, ਜੇ ਕੋਈ ਸਾਡੇ ਵੱਲ ਵੈਰ ਕਰਦਾ ਸੀ ਉਹਦੇ ਨਾਲ ਵੈਰ ਨਹੀਂ ਕਰਨਾ, ਤਾਂ ਹੀ ਤਾਂ ਦੇਖੋ ਉੱਥੇ ਇਹ ਵੀ ਐਕਸ਼ਨ ਔਰ ਰਿਐਕਸ਼ਨ ਨੂੰ ਕੱਟ ਦਿੰਦੇ ਨੇ, ਆਪ ਵੀ ਕੱਟ ਦਿੰਦੇ ਨੇ ਉੱਥੇ ਜਾ ਕੇ, ਕਹਿੰਦੇ ਫੋਰ ਗਿਵਨੈਸ ਇਜ਼ ਦੀ ਬੈਸਟ ਫਾਰਮ ਆਫ ਰਿਵੈਂਜ, ਉੱਥੇ ਕਰਤਾ ਨਾ ਐਕਸ਼ਨ ਰਿਐਕਸ਼ਨ, ਸਭ ਤੋਂ ਚੰਗਾ ਤਰੀਕਾ ਕਿਸੇ ਨਾਲ ਜਿਹੜਾ ਲੈਣਾ ਨਾ ਬਦਲਾ ਤੁਸੀਂ ਲੈਣਾ ਕਿਸੇ ਤੇ, ਵਧੀਆ ਤਰੀਕਾ ਬਦਲਾ ਲੈਣ ਦਾ ਉਹਨੂੰ ਮਾਫ਼ ਕਰ ਦਿਓ, ਐਕਸ਼ਨ ਤਾਂ ਰਿਐਕਸ਼ਨ ਤਾਂ ਹੋਇਆ ਨਾ, ਫਿਰ ਨਿਰਾਕਾਰੀ ਦੁਨੀਆਂ ਚ ਐਕਸ਼ਨ ਰਿਐਕਸ਼ਨ ਜਿਹੜਾ ਹੈਗਾ ਉਹ ਨਹੀਂ ਕਰਨਾ ਹੈਗਾ, ਇਹ ਤਾਂ ਮਾਇਆ ਦਾ ਐਕਸ਼ਨ ਰਿਐਕਸ਼ਨ ਹੁੰਦਾ, ਜਲ ਵਸਤੂ ਦਾ ਚੇਤਨ ਦਾ ਐਕਸ਼ਨ ਰਿਐਕਸ਼ਨ, ਜੇ ਐਕਸ਼ਨ ਰਿਐਕਸ਼ਨ ਚੇਤਨ ਦਾ ਹੋ ਫਿਰ ਤਾਂ ਚੇਤਨ ਕਾਹਦਾ ਰਹੇਗਾ, ਤਾਂ ਜੜ ਹੈ, ਜੜ ਚੀਜ਼ਾਂ ਜੜ ਦੇ ਵਿੱਚ ਐਕਸ਼ਨ ਰਿਐਕਸ਼ਨ ਚੱਲਦਾ, ਚੇਤਨ ਵਿੱਚ ਨਹੀਂ ਚੱਲਦਾ ਹੈ, ਚੇਤਨ ਵਿੱਚ ਤਾਂ ਬਲ ਨੂੰ ਨਹੀਂ ਦੇਣਾ ਐਕਸ਼ਨ ਰਿਐਕਸ਼ਨ ਵਾਲੀ ਗੱਲ, ਜਲ ਤੱਕੇ ਸੀਮਤ ਰਹਿਣ ਦੇਣੀ ਇਹਨੂੰ, ਚੇਤਨ ਨਾਲ ਜਲ ਦਾ ਸੰਬੰਧ ਜੁੜਿਆ ਫਿਰ ਅੰਗ ਨਿਕਲੂਗੀ ਚੋਂ, ਫਿਰ ਜਲ ਜੂਗਾ ਸੰਸਾਰ ਸਾਰਾ ਹੀ, ਹਾਂ ਸੰਸਾਰ ਇੰਨੀ ਬਿਹਤਰ ਬਣਾਇਆ ਆਪਣੀ ਅਕਲ ਨਾਲ ਜਾਲ ਲੈਂਦੇ ਨੇ, ਖਤਮ ਕਰ ਲੈਂਦੇ ਬੰਬ ਚਲਾ ਕੇ, ਹਾਂਜੀ ਜਿਹਨੇ ਪ੍ਰਭ ਜੀਓ ਪਿੰਡ ਤੇ ਪਿੰਡ ਦਿਆ ਉਹਦੀ ਭਾਵ ਭਗਤੀ ਨਹੀਂ ਸਕਦੀ, ਭਾਵ ਭਗਤੀ ਕੀ ਹੁੰਦੀ ਹੈ, ਸਾਡੀ ਲਿਖਿਆ ਭਾਵ ਭਗਤ ਕੀਤੀ ਨੀ ਲਿਖਿਆ, ਭਗਤ ਕੀਤੀ ਨੀ ਜਾਂਦੀ ਸਾਧੀ ਜਾਂਦੀ ਹੈ, ਪਹਿਲਾਂ ਭਗਤੀ ਕੀਤੀ ਨੀ ਜਾਂਦੀ ਸਾਧੀ ਜਾਂਦੀ, ਕਦੇ ਵੀ ਉਹ ਚੀਜ਼ਾਂ ਜਿਹੜੀ ਹੋਵੇ ਨਾ
कोई चीज कर ली गई है जो है नहीं वही कर ली है मकान है नहीं इतने प्लॉट पे मकान बनाता सी उत्थे खेती करी नहीं है तो कुछ पैदा होंगे कर दिया ना सी करना तो कर्म हो गया फिर कर्म हो गया कर्म का रूप तो फट गया है भगती करी दे नहीं होंगी जी भगती करते ने ना लोग कर्म कांड है भगती साधी नहीं होंगी है सब्जी नहीं होंगी है समझने का नाम भगती है गुरमत समझनी ही भगती है गुरकी मत लैनी ही भगती है गुरकी मत तो ले हो जाने लूगा कि समझूगा तो लूगा जो समझनी मत उसे प्राप्त कर ली साधी लफ्ज लिखा कल नहीं लिखा हो कल नहीं तो कलम कांड हो जूगा फिर साधी लिखा फिर माला फिर वो भगती करते ने साधे जगह जगह से गुरबाणी अड खड़ी ने संतों सारे जगह जगह से अड जे करते ने उठे अहंकार है मैं कुछ करता जब लग जा रहे मैं कुछ करता शायद भगती भी करता तो फिर वह भगती भी कर फिर नाली है जी करते वाली है जेड़े भगती करते ना दर्प चो नहीं छुट सकते कदे भी हो ऋषि मुनि सारे भगती करते सी इस करके सो नाल मुरजन अमृत खोजते सो अमृत गुरते खोजते रहे ने बया दी बिरधा तां जो भगती साध दे भगती करते रहे खेती भी करते आप भगती भी करते तो कर्मकांड बन गया कर्मकांड है भगती करते रहे कर्मकांड बन जाता उन्हें इन्नी गल का नहीं पता लोगों को संतान इस गल का नहीं पता कहे टीके ने गल लिखी है मैं दसो एक टीका कट के दिखाओ जिन्हें गल का विश्लेषण किया अर्थ की है इन्ना ही नहीं पता वो ही आखड़ी जाते साधी क्यों लिखा की क्यों नहीं लिखा यह भेद की है यह शब्द भेद शब्द भेद जाने जान आई यह शब्द उपदेश कहना भेद है गल च यह कौन जानूगा शब्द भेद जाने जान आई उसकी कृपा होवे तू जाने ये गुरबाणी तो पढ़ते जे भी भाई साधी क्यों लिखा है कीती क्यों नहीं लिखा जे नू बचार दे फिर गां पे है साढ़े को जब तक जाने मैं कुछ करता तब लोग घर में उड़े फिर गुरबाणी तो नहीं ना पड़े सोदो सी जी गुरप्रसाद तत्व साहब बुझे क्या बुझे हूं तत्व साधी जल्द साधी जल्द वो पैर पैर ते इतने किन्ना कुछ पे है तुम टेंशन सब भर के चले गए कभी रुकियो कि नहीं हां जी भक्ति नहीं साधी गोविंद हम ऐसे अपराधी जिन प्रभु जो पिंड था दिया इसकी भक्ति नहीं साधी पर तन पर तन परती निंदा पर विवाद न छूटे आवागमन होत है फुन फुन ए प्रसंग न टूटे पर तन पर तन पर तन परती निंदा परती निंदा पर विवाद न छूटे पर दूजे का ज्ञान तन की है ज्ञान पर तन दूजे की रहत मर्यादा जेड़ी है जिसे खड़ा है वह धर्म वह जो कर्मकांड है वह तो धन हो गया शरीर जो ज्ञान है धन हो गया किसी भी मत का एक दूजा मतों बैसते ने झगड़ा करते ने पर ती निंदा दूसरे की मत नहीं डुद्या तीरा मेरा स्त्री नहीं है यह धर्म की दुनिया की गल है स्त्रियां इतने किमें बनिया औरतों का इतने की मतलब ओदी मत ओदी औरत होती है मत माता है ना पर ती निंदा पर अपवाद ना छूटे मर्दी निंदा करनी पर अपवाद
अपवाद बहस कर दी ए करी जांदा पंडित तर कौन मुल्ला हमरा झगड़ा रहा ना कहो पंडित मुल्ला ए कहने दोहां ते नहीं छोड़दा ओदे ते टिप्पणी करी जांदा ओदे ते करी जांदा आवागमन होता है उधर आवागमन पे जलमल चली जाता ए भी नहीं कम छड़ दो आए कम लगे हुए ने दुए की नदिया करने दुए से टिप्पणियां करने भाव भगत साधन कोई भी नहीं लग्या हो पसंद नहीं टुट रहा उधर वह चली जाता नदिया चली जाती है दोवे की वह चली जाती है उधर आवागमन चली जाता आ चलता है ए प्रसंग टुट नहीं रहा बचाले जय कर कथा हो तो हर संतन एक निमख ना पीनो मैं फेरा लंपट चोर दूत मत मारे तिन संग सदा बसेरा हां जय कर कथा हो तो हर संतन जेड़े घर दे विच हर संतां दी कथा हुंदी होवे उस घर दे विच बैद दा अहंकार दा एक सिकट कदे फेरा हुंदा ही नहीं बैद दे खण दी उत्थे जगह ही अहंकार वास्ते तो कोई थां नहीं हुंदा पर जिथे दुआ है लंपट चोर दूत मत मारे जेड़े लंपट ने चोर ने पखंडी ने दूत ने मत मारे मत मारे लंपट चोर दूत बत्तां वाले ने जमके दूत ने फसाउण वाले ने भरम ज्ञानी ने दूत कहते ने भरम च फसाउण वाले जमके दूत लंपट ने पखंडी ने पखंडवादी ने तेन संघ सदा बसेरा उन्होंने बसेरा ए संसार का ओ बसेरा है पर जिथे हर संता की कथा होंगी उथे नहीं मैं होंगी जिथे मैं उथे मत होंगे झगड़ा उथे है जिथे मैं जिड़ी मत च मैं अहंकार है वह उथे झगड़ा है